लो जी वेलकम अज फिर अज अं फिर विआह ते चले आ क्योंकि विआहां दे कार्ड ही सानूं बड़े आए हुए आ हना किन्ना ही इन्ना ढेर लगा आ विआहां दे एकदम ही आ गए किन्ने सारे ਆਪ ਹੀ ਇਕੱਲੇ ਇਕੱਲੇ ਜਾ ਆਉਂਦੇ ਆ ਕੋਈ ਨਹੀਂ ਆ ਜਾਣੇ ਦੋ ਗਿਆ ਹੋਰ ਫਿਰ ਤੁਸੀਂ ਵੀ ਨਾਲ ਜਰਾ ਵੀ ਚੱਲਿਓ ਹਨਾ ਦੇਖੋਗੇ ਮੇਰਾ ਖਰਚਾ ਘੱਟ ਆ ਤੁਹਾਡਾ ਖਰਚਾ ਜ਼ਿਆਦਾ ਹੋ ਨਾਲ ਜਾਣ ਦਾ ਇਹ ਮੈਂ ਲਿਆ ਸੀ ਉਦੋਂ ਜਿਹੜਾ ਅੱਜ ਮੈਂ ਕਿਹਾ ਸਿਆਲ ਖਤਮ ਹੋਣ ਵਾਲੇ ਪਾ ਲਈਏ ਨਹੀਂ ਤਾਂ ਫੇਰ ਪੇਟੀ 'ਚ ਰੱਖ ਦੇਣਾ ਦਵਾਰੀਆਂ 'ਚ ਲੱਗ ਜਾਣਾ ਯਾਰ ਇੱਦਾਂ ਜ਼ਿਆਦਾ ਸੋਹਣੇ ਨਾਲ ਸੈੱਟ ਕਰੋ ਹਾਂ ਹੋਰ ਬਸ ਆਹ ਹੀ ਮਹੀਨਾ ਆ ਮਾੜਾ ਜਿਹਾ ਠੰਡ ਦਾ ਬਾਅਦ 'ਚ ਫਿਰ ਜੈਕਟਾਂ ਤਾਂ ਸਾਰੀਆਂ ਅਲਮਾਰੀ 'ਚ ਲੱਗ ਜਾਣੀਆਂ ਆ ਬਾਕੀ ਦੋ ਬੰਦੇ ਨਾ ਚੱਲੇ ਆ ਕਿਹੜੇ ਕਿਹੜੇ ਚੱਲੇ ਆ ਜਦੋਂ ਜਦੋਂ ਮੈਂ ਗੱਡੀ 'ਚ ਬਿਠਾਈ ਜਾਊਂਗਾ ਉਦੋਂ ਤਾਂ ਤੁਹਾਨੂੰ ਵਿਖਾਈ ਜਾਊਂਗਾ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਸਿੱਧਾ ਆਪਾਂ ਵਿਆਹ ਉੱਥੇ ਹੀ ਆਪਾਂ ਨੂੰ ਜਿੱਥੇ ਆਪਣੀ ਜੀਪ ਤਿਆਰ ਹੁੰਦਾ ਸੀ ਨਾ ਉਹਦੇ ਬਿਲਕੁਲ ਨਾਲ ਹੀ ਆ ਰਿਸੋਰਟ ਕੀ ਨਾਂ ਸੀਗਾ ਗ੍ਰੈਂਡ ਹੈਰੀਟੇਜ ਉਹਦੇ ਉਸੇ ਰੋਡ ਦੇ ਉੱਤੇ ਹੀ ਆ ਅਤੇ ਉਸ ਤੋਂ ਬਾਅਦ ਆਪਾਂ ਉੱਥੇ ਉਹਨੂੰ ਰੈਪਟਰ ਕੋਟਿੰਗ ਮਰਵਾਉਣੀ ਆ ਜੋ ਮੈਂ ਨਾਲ ਲੈ ਚੱਲਿਆ ਤਾਂ ਜਾਵਾਂ ਫਿਰ ਮੈਂ ਚਲੋ ਜਿਹੜੇ ਜਨਾਬ ਜੀ ਕੱਲ੍ਹ ਦੇ ਪਤਾ ਨਹੀਂ ਕਿੱਥੇ ਘੁੰਮੇ ਆ ਪਟਾ ਵੀ ਗੱਲ ਦਾ ਹੈ ਨਹੀਂ ਗਾ ਪਤਾ ਨਹੀਂ ਕੀ ਕਰਦੇ ਰਹੇ ਮਗਰੋਂ ਮੈਂ ਬਾਜ਼ਾਰ ਚਲ ਗਈ ਸੀ ਅਤੇ ਦੀਪ ਵਿਆਹ 'ਤੇ ਚਲ ਗਏ ਸੀ ਅਤੇ ਇਹ ਜਨਾਬ ਜੀ ਪਤਾ ਨਹੀਂ ਕੀ ਕੀਤਾ ਇਹਨੇ ਮਗਰੋਂ ਨਾ ਪਟਾ ਨਾ ਕੁਛ ਹੋਰ ਚੰਗਾ ਜੀ ਚੱਲੇ ਆ ਵੀ ਆਈ ਪੀ ਬੰਦੇ ਓਕੇ ਫਿਰ ਬਾਏ ਬਾਏ ਆਪਣਾ ਪਿੰਡ ਸਲੇਮਪੁਰ ਇੱਥੋਂ ਹੁਣ ਲੱਗਾ ਚੱਕਣ ਤੁਹਾਨੂੰ ਪਤਾ ਹੀ ਆ ਕਿਹਨੂੰ ਵੀ ਇੱਕ ਬੰਦਾ ਤਾਂ ਬਿਠਾ ਲਿਆ ਆਪਾਂ ਹੁਣ ਜਿੱਥੇ ਆਪਣੀ ਜੀਪ ਬਣਦੀ ਆ ਨਾ ਉੱਥੇ ਥੋੜ੍ਹਾ ਜਿਹਾ ਜੀਪ ਦਾ ਸਮਾਨ ਫੜਾ ਦੇਣਾ ਨਾਲੇ ਵੇਖਦੇ ਹਾਂ ਨਾਲੇ ਆਪਣੇ ਵਾਲੀ ਤਾਂ ਜੀਪ ਹਜੇ ਉੱਧਰ ਹੀ ਖੜੀ ਆ ਪੇਂਟਰਾਂ ਕੋਲ ਕਾਹ ਖੜੀ ਆਈ ਅੱਜ ਕੰਮ ਹੋਣ ਲਈ ਆਹ ਆ ਛੋਟੇ ਟਾਇਰ ਜਿਹੜੇ ਨਾ ਉਹ ਪਹਿਲਾਂ ਆਪਾਂ ਪਾਏ ਹੁੰਦੇ ਸੀਗੇ ਉਹਦੇ ਨਾਲੋਂ ਛੋਟੇ ਆ ਸੋਹਣੇ ਲੱਗਦੇ ਉੱਦਾਂ ਦੇ ਵੀ ਇਹ ਨਾ ਇਹ ਤਾਂ ਨਵਾਂ ਮਗਰਾੜ ਪੈ ਜਾਣਾ ਜਾਂ ਸਿੱਧਾ ਕਰਕੇ ਫਿਰ ਡੈਂਟਿੰਗ ਡੂੰਟਿੰਗ ਵਾਲਿਆਂ ਉਹਨਾਂ ਨੇ ਕਰਕੇ ਓਕੇ ਕਰ ਦਿੱਤਾ ਜੀ ਆਹ ਹੀ ਗ੍ਰਿਲ ਆਪਣੇ ਵਾਲੀ ਦੀ ਹੁੰਦੀ ਸੀ ਆ ਡੀ ਆਈ ਇੰਜਣ ਆ ਨਾ ਡੀ ਆਈ ਚੱਸ ਫਾਇਦੇ 'ਚ ਵੱਜੀਏ ਹੈ ਨਾ ਅੱਛਾ ਕਮਾਨੀਆਂ ਦਾ ਕਰਤਾ ਕੰਮ ਹੈ ਨਾ ਉਹ ਨਵੀਆਂ ਪਾਤੀਆਂ ਦਿੱਤਾ ਬਈ ਓਕੇ ਰਿਪੋਰਟ ਇਹ ਕੌਣ ਸਾ ਗਾਣਾ ਹੈ ਇਹ ਕੌਣ ਸਾ ਹੈ ਗਾਣਾ ਕੌਣ ਸਾ ਹੈ ਜੀ ਰਸਤੇ ਮੈਂ ਹੋਰ ਕੋਈ ਵਜਾ ਦਾ ਹੋਰ ਕੋਈ ਹੋਰ ਕੋਈ ਲਗਾ ਦਾ ਗਦਰ ਫਿਲਮ ਕਾ ਹੈ ਤੀਸਰਾ ਬੰਦਾ ਵੀ ਆਪਣੇ ਨਾਲ ਆ ਗਿਆ ਸਾਹਮਣੇ ਗੱਡੀ ਜਾਣ ਦੀ ਨਾ ਉਹਦੇ ਵਿੱਚ ਆ ਮੇਰਾ ਤਾਂ ਕੱਲ੍ਹ ਦਾ ਵਿਆਹ ਦੇਖ ਕੇ ਗਲਾ ਬੈਠਾ ਪਿਆ ਆ ਹੁਣ ਤਲੀਆਂ ਖੱਟੀਆਂ ਮਿੱਠੀਆਂ ਚੀਜ਼ਾਂ ਖਾ ਕੇ ਨਾ ਇੱਕ ਮੌਸਮ ਚੇਂਜ ਹੋਣ ਦਿਆ ਹੁਣ ਤਾਂ ਕਰਕੇ ਤੂੰ ਠੀਕ ਰਿਹਾ ਹੋਣਾ ਅਸੀਂ ਤਾਂ ਠੀਕ ਮਾਹੌਲ ਵਧੀਆ ਸੀਗਾ ਉਹਦਾ ਪਹਿਲੇ ਦਾ ਨਾਮ ਕਿੱਥੇ ਲਿਖਿਆ ਬਾਹਰੋਂ ਦਿਖਾ ਦਿੰਦੇ ਲੈ ਵੀ ਵਿਆਹ ਰੋਟੀ ਪਾਣੀ ਖਾ ਆਏ ਹਾਂ ਅਤੇ ਹੁਣ ਆਪਣੀ ਜੀਪ ਕੋਲ ਚੱਲੇ ਹਾਂ ਪੈਲਸ ਵਾਹਵਾ ਵੱਡਾ ਸੀਗਾ ਉਦਾਂ ਕਿ ਨਹੀਂ ਭਾਅ ਜੀ ਤੁਹਾਡੇ ਤਾਂ ਤੁਹਾਡੇ ਏਰੀਏ ਦਾ ਹੀ ਪੈਲਸ ਸੀਗਾ ਕੀ ਨਾਮ ਸੀ ਯਾਰ ਪਹਿਲਾਂ ਦਾ ਹੈਂ ਗ੍ਰੈਂਡ ਗ੍ਰੈਂਡ ਵਧੀਆ ਵਧੀਆ ਜੀ ਯਾਰ ਐਂਟਰੀ ਵਧੀਆ ਸੀ ਲੈ ਵੀ ਵਿਆਹ ਤੋਂ ਲੈ ਲਈ ਛੁੱਟੀ ਅਤੇ ਨਿਕਲਣ ਲੱਗੇ ਹੁਣ ਅਸੀਂ ਕੱਪੜੇ ਲਾ ਕੇ ਜੀਪ ਵੱਲ
ਆਪ ਆਪ ਹੀ ਮਾਰਦੀ ਵੋਟਿੰਗ ਹੋਰ ਮੈਂ ਮਾਰ ਲੈਂਦਾ ਚਲੋ ਜੀ ਚਲੋ ਬਈ ਹੁਣ ਮਿਲਦੀ ਤੁਹਾਨੂੰ ਉੱਥੇ ਜਾ ਕੇ ਬਾਬੇ ਉਹ ਰੇਲ ਗੱਡੀ ਆਈ ਆ ਵੀ ਰੇਲ ਗੱਡੀ ਆਈ ਆ ਰਣਜੀਤ ਸਿੰਘ ਸਟੇਡੀਅਮ ਇਹ ਇਸ ਟਾਈਮ ਹੈਗੇ ਅਸੀਂ ਕਿ ਆਰ ਸੀ ਐਫ ਦੇ ਅੰਦਰ ਆ ਗਏ ਹਾਂ ਗਰਾਊਂਡ ਵੇਖਣ ਲੱਗੇ ਹਾਂ ਜਿੱਥੇ ਅਸੀਂ ਫੁੱਟਬਾਲ ਖੇਡਿਆ ਕਰਨਾ ਹੁਣ ਟੂਰਨਾਮੈਂਟ ਲੱਗਿਆ ਕਰਨਾ ਇੱਥੇ ਖੁੱਲ੍ਹੀ ਡੁੱਲੀ ਆ ਕਰਨਾ ਪਰਲੇ ਬੰਨੇ ਆ ਨਾ ਇਹਦੇ ਅੱਛਾ ਆਹ ਕੀ ਚੀਜ਼ ਆ ਭਾਅ ਜੀ ਬੁੱਲੇ 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 ਸ਼ੈੱਡ ਸਰੀਰ ਫਿੱਟ ਕਰਨਾ ਮੈਂ ਮੇਰਾ ਨਾ ਸਰੀਰ ਅੱਗੇ ਬੜਾ ਵਧੀਆ ਹੁੰਦਾ ਸੀਗਾ ਹੁਣ ਕਦੀ ਖੇਡੇ ਖੁੱਡੇ ਨਹੀਂ ਕੁਛ ਵੀ ਤਾਂ ਕਰਕੇ ਨਾ ਢਿੱਡ ਜਿਹਾ ਮਾੜਾ ਜਿਹਾ ਬਾਹਰ ਨੂੰ ਆਈ ਜਾਂਦਾ ਹੁਣ ਮੈਂ ਕਿਹਾ ਦੌੜਿਆ ਕਰੀਏ ਥੋੜ੍ਹਾ ਜਿਹਾ ਸਾਡੇ ਚੌਦਾਂ 'ਚ ਹੋ ਜਾਣਾ ਸਾਡੇ ਉੱਥੇ ਵੀ ਖੇਡਦੇ ਆ ਪਰ ਉਹ ਨਿਆਣੇ ਜੇ ਆ ਮੈਂ ਕਿਹਾ ਉਹਨਾਂ ਨਾਲ ਕੀ ਖੇਡਣਾ ਇਹ ਬੰਦੇ ਜੱਜਦੇ ਵੀ ਚਾਹੀਦੇ ਨਾਲ ਖੇਡਦੇ ਧੂਤੀ ਅਰਗ ਨਹੀਂ ਖੇਡਣੀ ਤਾਂ ਆਉਂਦੀ ਹੋਵੇ ਭਾਜੀ ਯਾਰ ਨਿਆਣਿਆਂ ਨਾਲ ਥੋੜ੍ਹਾ ਹੁੰਦਾ ਲੱਤਾਂ ਬਾਹਾਂ ਭਾਉਂਦੇ ਪਏ ਆਹੋ ਨਾਲੇ ਤੁਹਾਨੂੰ ਕਰਤੱਵ ਦਿਖਾਇਆ ਕਰਾਂਗੇ ਫੁੱਟਬਾਲ ਦੇ ਖਿਡਾਰੀ ਵੀ ਹੁੰਦੇ ਸੀਗੇ ਅਸੀਂ ਕਿਸੇ ਟਾਈਮ ਜੁੱਤੀ ਮੈਂ ਲੱਭੂੰਗਾ ਜਾ ਕੇ ਉਹ ਜਿਹੜੇ ਸ਼ੂ ਆ ਮੇਰੇ ਕੋਲ ਪਏ ਸੀਗੇ ਚਿੱਟੇ ਲਾਲ ਰੰਗ ਦੇ ਮੈਂ ਲਿਆ ਸੀ ਆਰਸਨਲ ਵਾਲੇ ਆਰਸਨਲ ਵਾਲੇ ਆਰਸਨਲ ਇਦਾਂ ਦੇ ਹੋ ਜਾਣਾ ਪਰਫੈਕਟ ਉਹ ਬੰਦੇ ਭਾਜੀ ਦੇ ਸਹੀ ਆਹ ਆ ਮੈਂ ਭਾਜੀ ਆਹ ਵਾਹੇ ਵਾਹੇ ਲੰਬੜਦਾਰ ਸਾਹਿਬ ਦੀ ਸਿਹਤ ਹੋ ਗਈ ਧੂਤੀ ਨੇ ਫੁੱਟਬਾਲ ਖੇਡ ਕੇ ਤੁਸੀਂ ਰੌਕ ਬਣਿਆ ਦਿਖਾਈ ਡਿਫੈਂਸ ਕਰਨ ਦਿਆ ਡਿਫੈਂਸ ਤੇ ਇਦਾਂ ਹੀ ਕਾਂਟ ਕਾਂਟ ਹੋ ਗਿਆ ਬਹੁਤ ਤਕੜਾ ਮੁੰਡੇ ਲਿਬੜ ਗਿਆ ਇਹ ਆ ਫੋਨ ਵੀ ਲਿਬੜ ਗਿਆ ਫੋਨ ਵੀ ਲਵੇੜਤਾ ਮੁੰਡੇ ਨੇ ਕਹਿੰਦਾ ਵਿਆਹ ਤੋਂ ਆਏ ਆ ਤੇ ਜਾ ਆਇਆ ਕਿ ਨਹੀਂ ਉਦਾਂ ਮੈਂ ਇਹ ਖੇਡਣ ਦਾ ਹੱਲੇ ਤਾਂ ਦੋ ਹੀ ਕਿੱਕਾਂ ਮਾਰੀ ਖੜਾ ਹੀ ਠੀਕ ਸੀ ਨਾ ਸਾਈਡ ਤੇ ਬੂਟ ਗਲਤ ਸੀ ਅਜਾ ਰੋਟੀ ਖਾਈ ਅਜਾ ਆਹ ਹੈਗਾ ਨੇਰੀ ਦਾ ਖਾਣਾ ਰੋਟੀ ਪੈਡੀਗਿਰੀ ਤੇ ਦੁੱਧ ਦਵਾਈ ਵੀ ਖਾਣੀ ਨਾਲ ਇਹਦੀਆਂ ਦਵਾਈਆਂ ਜਿਹੜੀਆਂ ਇਹਦੀ ਲੱਤ ਟੁੱਟੀ ਸੀ ਨਾ ਉਹਦੀਆਂ ਕਹਾ ਰਹਿ ਗਈ ਹੈ ਕਹਾ ਦੂਜੀ ਖਤਮ ਹੋ ਗਈ ਆ ਕਿਤੇ ਆਹ ਜਿਹੜੀ ਇਹਨੂੰ ਤੋੜ ਲਈਦਾ ਅਜੇ ਤਾਂ ਤੋੜ ਕੇ ਪਾ ਦਈਦੀ ਆ ਦੂਸਰੀ ਜਿਹੜੀ ਆਹ ਆ ਲਿਕੁਡ ਹੈ ਮਾੜੀ ਜਿਹੀ ਮੈਂ ਉੱਤੇ ਪਾ ਦਿੰਦਾ ਹੁੰਦਾ ਇੰਝ ਆ ਥੋੜ੍ਹੀ ਜਿਹੀ ਬਸ ਬਾਅਦ ਉੱਤੇ ਪਾ ਦਈਦਾ ਦੁੱਧ ਇਹ ਖਾ ਲੈਂਦਾ ਹੈ ਸਾਰੀ ਖਾ ਲਾ ਚੱਕ ਦੇ ਤੁਰਦਾ ਦੌੜਦਾ ਹੁਣ ਲੱਤ ਥੱਲੇ ਲਾ ਲੈਂਦਾ ਯਾਰ ਫਰਕ ਪੈ ਗਿਆ ਅੱਗੇ ਨਾਲੋਂ ਹੁਣ ਦੋ ਵਿਆਹ ਦੇਖੇ ਅਤੇ ਬਿਮਾਰ ਹੋ ਗਿਆ ਮੈਂ ਬੁਖਾਰ ਚੜਿਆ ਮੈਨੂੰ 3 ਦਿਨ ਆ ਦੋ ਦਿਨਾਂ ਬਾਅਦ ਮੈਂ ਵੀਡੀਓ ਹੁਣ ਜਿਹੜੀ ਕਲਿੱਪ ਆ ਨਾ ਤੁਸੀਂ ਵੇਖਣ ਦੇ ਉਦੋਂ ਦੀ ਆ ਅਤੇ ਪਤਾ ਨਹੀਂ ਕੀ ਚੱਕਰ ਦਵਾਈ ਵੀ ਲਿਆਂਦੀ ਫਿਰ ਵੀ ਬੁਖਾਰ ਜਿਹਾ ਹਟਿਆ ਨਹੀਂ ਹੁਣ ਹੌਲੀ ਹੌਲੀ ਥੋੜ੍ਹਾ ਜਿਹਾ ਦਵਾਈ ਖਾਧੀ ਆ ਹੁਣ ਥੋੜ੍ਹਾ ਜਿਹਾ ਘਟਿਆ ਆ ਅੱਗੇ ਨਾਲੋਂ ਹਨੇਰੀ ਆਪਣਾ ਆ 2 ਦਿਨ ਹੋ ਗਏ ਘਰ ਹੀ ਨਹੀਂ ਆਇਆ ਸਿਮਰ ਨੇ ਉਹਦੀ ਵੀਡੀਓ ਵੀ ਪਾਈ ਸੀਗੀ ਉਹ ਘਰ ਨਹੀਂ ਆਇਆ ਦੌੜ ਗਿਆ ਪਤਾ ਨਹੀਂ ਕਿੱਥੇ ਹੁੰਦਾ ਹੀ ਨਹੀਂ ਗਾ ਘਰ ਬਾਕੀ ਮੈਂ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਦਾ ਉੱਥੇ ਅੱਛਾ ਬਿਮਾਰ ਮੈਨੂੰ ਲੱਗਦਾ ਮੈਂ ਤਾਂ ਹੋਇਆ ਵਾਂ ਸ਼ਾਇਦ ਉੱਥੇ ਤਲੀਆਂ ਚੀਜ਼ਾਂ ਠੰਡੀਆਂ ਚੀਜ਼ਾਂ ਖਾਧੀਆਂ ਗਈਆਂ ਹਨ ਉੱਥੇ ਬੰਦਾ ਵਿਆਹ 'ਤੇ ਸਾਰਾ ਕੁਛ ਮਿਕਸ ਜਿਹਾ ਖਾ ਲੈਂਦਾ ਆ ਬਾਕੀ 2-3 ਦਿਨ ਅਸੀਂ ਰਾਤ ਨੂੰ ਹਵੇਲੀ 'ਚ ਵੀ ਗਏ ਹਨੇਰੇ ਹੋਏ ਆਏ ਸ਼ਾਇਦ ਤਾਂ ਹਵਾ ਹੂਆ ਲੱਗ ਗਈ ਆ ਮੌਸਮ ਚੇਂਜ ਹੋਣ ਦਿਆ ਅੱਗੇ ਤਾਂ ਮੈਂ ਵਾਹਵਾ ਕੇਅਰ ਕਰਕੇ ਰੱਖਦਾ ਸੀਗਾ ਸ਼ਾਇਦ ਇਹਦੇ ਕਰਕੇ ਹੋਇਆ ਹੋਵੇ ਜੇ ਕੱਲ੍ਹ ਤੱਕ ਮੈਂ ਠੀਕ ਹੋ ਗਿਆ ਫਿਰ ਨਾ ਕੱਲ੍ਹ ਨੂੰ ਅਸੀਂ ਜੀਪ ਦੇ ਟਾਇਰ ਦੇਖਣ ਜਾਣਾ ਆ
ਤੇ ਇੱਕ ਆਪਣੇ ਭਰਾ ਨੇ ਮਹਿੰਦਰਾ ਦੀ ਕੋਈ ਗੱਡੀ ਲੈਣੀ ਆ, ਉਹ ਵੀ ਸ਼ਾਇਦ ਬੁੱਕ ਕਰਾਉਣ ਜਾਣਾ ਆ। ਬਸ ਹੁਣ ਇਹ ਆ ਵੀ ਸਵੇਰ ਤੱਕ ਮੈਂ ਠੀਕ ਹੋ ਜਾਵਾਂ। 3 ਦਿਨ ਹੋ ਗਏ ਆ ਮੈਨੂੰ ਸਰੀਰ ਹੀ ਨਹੀਂ ਸੈੱਟ ਆਉਣ ਦਿਆ। ਚੰਗੀ ਹਵਾ ਹੋਵਾ ਜੀ ਲੱਗੀ ਆ। ਟੈਰ ਤੁਹਾਨੂੰ ਮੈਂ ਮਹੀਨਾ ਪਹਿਲਾਂ ਦਿਖਾਏ ਸੀਗੇ ਉਦੋਂ ਵੀਡੀਓ ਦੇ ਵਿੱਚ ਕਿੱਦਾਂ ਦੇ ਪਾਉਣੇ ਆ ਆਪਾਂ, ਬਸ ਉੱਦਾਂ ਦੇ ਹੀ ਆ। ਆਪਣੇ ਦੁਕਾਨ ਹੈਗੀ ਆ ਹਿੰਮ ਟਾਇਰ ਕਰਕੇ ਆ ਸਮਰਾਲੇ, ਉਹਨਾਂ ਕੋਲ ਜਾਣਾ ਆ ਅਸੀਂ ਅਤੇ ਉੱਥੇ ਜਾ ਕੇ ਵੇਖਾਂਗੇ, ਕਿਉਂਕਿ ਉਹਨਾਂ ਕੋਲ ਤਾਂ ਜਾਣਾ ਆ, ਉਹਨਾਂ ਕੋਲ ਵਰਾਇਟੀਜ਼ ਹਰੇਕ ਤਰ੍ਹਾਂ ਦੀ ਆ। ਮੁੰਡੇ ਟਰੈਕਟਰਾਂ ਨੂੰ ਪਾਉਂਦੇ, ਜੀਪਾਂ ਨੂੰ ਪਾਉਂਦੇ ਆ ਨਾ। ਆਮ ਦੁਕਾਨ 'ਤੇ ਜਾਈਏ ਇੱਕ ਦੋ ਹੀ ਹੁੰਦੀ ਆ, ਉਹਨਾਂ ਕੋਲ ਵਰਾਇਟੀਆਂ 3 ਹੁੰਦੀਆਂ ਵੱਧ ਤੋਂ ਵੱਧ। ਉਹਨਾਂ ਕੋਲ ਕਿੰਨੀਆਂ ਹੀ ਆਪਸ਼ਨ ਆ, ਉਹਨਾਂ ਕੋਲ ਬੰਦਾ ਕੋਈ ਨਾ ਕੋਈ ਉਹਨਾਂ ਦੇ ਵਿੱਚੋਂ ਪਸੰਦ ਕਰ ਹੀ ਲੈਂਦਾ ਆ। ਅਤੇ ਉਹੀ ਬਸ ਤਾਂ ਕਰਕੇ ਅਸੀਂ ਉੱਥੇ ਜਾਣਾ ਹੈ। ਜੇ ਪਸੰਦ ਆ ਗਏ ਤਾਂ ਉਹਨਾਂ ਨੂੰ ਕਹਿਣਾ ਭਾਅ ਜੀ ਜਲੰਧਰ ਭੇਜ ਦਿਓ, ਕਿਉਂਕਿ ਜੀਪ ਤਾਂ ਉੱਥੇ ਲਿਜਾ ਨਹੀਂ ਸਕਦੇ। ਭਾਵਾਂ ਤਿਆਰ ਵੀ ਹੋ ਗਏ, ਐਡੀ ਦੂਰ ਕਿੱਥੇ ਲੈ ਕੇ ਜਾਵਾਂਗੇ। ਮਿਲਦੇ ਹਾਂ ਹੁਣ ਕੱਲ੍ਹ ਨੂੰ, ਫਿਰ ਤੁਹਾਨੂੰ ਵੀਡੀਓ ਛੋਟੀ ਸੀਗੀ, ਠੀਕ ਨਹੀਂ ਸੀ ਮੈਂ ਤਾਂ ਕਰਕੇ, ਅਤੇ ਕੱਲ੍ਹ ਨੂੰ ਮਿਲਦੇ ਹਾਂ ਆਪਾਂ। ਓਕੇ ਫਿਰ, ਬਾਏ ਬਾਏ ਮਿੱਤਰੋ।